ਦੁਨੀਆ ਦੇ ਵਿੱਚ ਵਿਚਰਦਾ ਕੋਈ ਵੀ ਇਨਸਾਨ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹ ਬਿਲਕੁਲ ਸਹੀ ਅਤੇ ਚੰਗਾ ਹੈ। ਹਰ ਇਨਸਾਨ ਦੇ ਚੰਗੇ ਅਤੇ ਮਾੜੇ ਸੁਭਾਅ ਦਾ ਹੋਣਾ ਹੀ ਉਸਦੇ ਇਨਸਾਨ ਹੋਣ ਦੀ ਤਸਦੀਕ ਕਰਦਾ ਹੈ। ਹਰ ਇਨਸਾਨ ਦੇ ਵਜੂਦ ਦੇ ਵਿੱਚ ਗ੍ਰੇ ਸ਼ੇਡ ਹੁੰਦਾ ਹੈ, ਯਾਨੀ ਚੰਗਾਪਨ ਅਤੇ ਮਾੜਾਪਨ ਦੋਵੇਂ ਉਸਦੇ ਅੰਦਰ ਹੀ ਮੌਜੂਦ ਹੁੰਦੇ ਹਨ। ਬਸ ਸਿਚੁਏਸ਼ਨ ਅਤੇ ਹਾਲਾਤਾਂ 'ਤੇ ਨਿਰਭਰ ਕਰਦੇ ਹੋਏ ਇਨਸਾਨ ਆਪਣੇ ਚੰਗੇ ਜਾਂ ਮਾੜੇਪਨ ਨੂੰ ਆਪਣੇ ਸੁਭਾਅ ਰਾਹੀਂ ਪ੍ਰਦਰਸ਼ਿਤ ਕਰਦਾ ਹੈ। ਇਸੇ ਤਰ੍ਹਾਂ ਹੀ ਸਾਡੀਆਂ ਫਿਲਮਾਂ ਦੇ ਕਿਰਦਾਰ ਵੀ ਇਨਸਾਨ ਦੇ ਬੇਸਿਕ ਸੁਭਾਅ ਨੂੰ ਪ੍ਰਦਰਸ਼ਿਤ ਕਰਦੇ ਹੋਏ ਨਾਇਕ ਅਤੇ ਵਿਲੀਅਨ ਦੇ ਕਿਰਦਾਰ ਦੇ ਵਿੱਚ ਢਲ ਜਾਂਦੇ ਹਨ। ਅੱਜ ਇੱਕ ਐਸੇ ਹੀ ਪੰਜਾਬ ਦੇ ਬਿਹਤਰੀਨ ਅਦਾਕਾਰ ਨਾਲ ਰੂਬਰੂ ਹੋਣ ਜਾ ਰਹੇ ਹਾਂ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਇਨਸਾਨ ਦੇ ਨੈਗੇਟਿਵ ਸੁਭਾਅ ਨੂੰ ਬੜੀ ਹੀ ਚੰਗੀ ਤਰ੍ਹਾਂ ਫਿਲਮੀ ਪਰਦੇ 'ਤੇ ਉਤਾਰਿਆ ਹੈ। ਇੱਕ ਕਲਾਕਾਰ ਵਜੋਂ ਇੱਕ ਵੱਖਰੀ ਪਹਿਚਾਣ ਬਣਾ ਚੁੱਕੇ ਸਾਡੇ ਜਾਣੇ ਪਛਾਣੇ ਅਤੇ ਪਿਆਰੇ ਕਲਾਕਾਰ ਆਸ਼ੀਸ਼ ਦੁੱਗਲ, ਜਿਨ੍ਹਾਂ ਨੇ ਸਾਡੀ ਪੰਜਾਬੀ ਫਿਲਮਾਂ ਦੇ ਵਿੱਚ ਜ਼ਿਆਦਾਤਰ ਨੈਗੇਟਿਵ ਕਿਰਦਾਰ ਹੀ ਨਿਭਾਏ ਹਨ, ਪਰ ਉਹਨਾਂ ਨੇ ਆਪਣੇ ਕਿਰਦਾਰ ਇਸ ਸ਼ਿੱਦਤ ਦੇ ਨਾਲ ਨਿਭਾਏ ਹਨ ਕਿ ਹਰ ਕੋਈ ਉਹਨਾਂ ਦੀ ਕਲਾ ਦਾ ਮੁਰੀਦ ਹੋ ਜਾਂਦਾ ਹੈ। ਦੁਨੀਆ ਬਦਲ ਗਈ ਪਰ ਤੂੰ ਨਾ ਬਦਲਿਆ। ਤੂੰ ਕਿਹੜਾ ਬਦਲ ਗਈ ਹੈ ਭੈਣ ਸੁਖਜੀਤ ਕੁਰੇ? 50 ਸਾਲ ਪਹਿਲਾਂ ਜਿੱਥੇ ਖੜੀ ਸੀ ਅੱਜ ਵੀ ਉੱਥੇ ਹੀ ਖੜੀ ਹੈ। ਉਦੋਂ ਘਰੋਂ ਆਪ ਭੱਜ ਰਹੀ ਸੀ ਤੇ ਅੱਜ ਆਪਣੀ ਪੋਤੀ ਨੂੰ ਭਜਾਉਣ ਲਈ ਤੂੰ ਹੀ ਬੁਲਾਇਆ ਨਾ ਹਰਮਨ ਨੂੰ। ਆਸ਼ੀਸ਼ ਦੁੱਗਲ, ਜਿਨ੍ਹਾਂ ਦਾ ਜਨਮ ਪਲ ਲੁਧਿਆਣੇ ਦਾ ਹੈ, ਉਹਨਾਂ ਦੇ ਐਕਟਿੰਗ ਦੇ ਸਫ਼ਰ ਦੀ ਸ਼ੁਰੂਆਤ ਰੰਗਮੰਚ ਤੋਂ ਹੋਈ। ਉਸਦੇ ਨਾਲ ਜਲੰਧਰ ਦੂਰਦਰਸ਼ਨ ਅਤੇ ਰੇਡੀਓ ਦੇ ਵਿੱਚ ਕੰਮ ਕਰਦੇ ਹੋਏ ਉਹ ਇੱਕ ਦਿਨ ਮਾਇਆ ਨਗਰੀ ਮੁੰਬਈ ਚਲੇ ਗਏ। ਇਹ ਤਾਂ ਸਾਡੇ ਕਲਚਰ 'ਚ ਸਾਡੀ ਸੰਸਕ੍ਰਿਤੀ 'ਚ ਹੈ, ਰਾਮ ਅਗਰ ਰਾਮ ਹੈ ਤਾਂ ਰਾਵਣ ਕਰਕੇ, ਜੇ ਰਾਵਣ ਨਹੀਂ ਹੁੰਦਾ ਤਾਂ ਰਾਮ ਨਹੀਂ ਹੁੰਦਾ। ਬਿਕੋਜ਼ ਸਾਡੀ ਸੋਸਾਇਟੀ ਦੇ ਵਿੱਚ ਕੁਰਤੀਆਂ ਖਾਮੀਆਂ ਬਹੁਤ ਨੇ, ਉਹ ਸਿੰਬੋਲਿਕ ਹੁੰਦੇ ਆ ਬੇਸਿਕਲੀ, ਜਿਹਨੂੰ ਆਪਾਂ ਵਿਲਨ ਕਹਿ ਦਿੰਦੇ ਕਿ ਕੋਈ ਇੱਕ ਖਾਮੀ ਜਾਂ ਕੋਈ ਇੱਕ ਗਲਤ ਬੰਦਾ ਜੋ ਉੱਦਾਂ ਦੇ ਹਜ਼ਾਰਾਂ ਹੁੰਦੇ ਨੇ ਕਿਸੇ ਇੱਕ ਨੂੰ ਫੜ ਕੇ ਆਪਾਂ ਫਿਲਮ 'ਚ, ਕਿਉਂਕਿ ਸਾਡੇ ਕੋਲ ਟਾਈਮ ਲਿਮਿਟ ਹੁੰਦਾ ਫਿਲਮ ਦਾ, ਅਤੇ ਸੱਚਾਈ ਦੀ ਵੈਲਿਊ ਤਾਂ ਹੀ ਹੈ ਅਗਰ ਝੂਠ ਹੈ, ਚੰਗੇਪਨ ਦੀ ਤਾਂ ਹੀ ਵੈਲਿਊ ਹੈਗੀ ਅਗਰ ਮਾੜਾਪਨ ਹੈ। ਉਸੇ ਤਰ੍ਹਾਂ ਇਹ ਦੋ ਇੱਕ ਤਰ੍ਹਾਂ ਦੇ ਪਹਿਲੂ ਨੇ, ਦੋਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸੈਕਿੰਡ ਵਾਲਾ ਜੋ ਪਹਿਲੂ ਹੈ ਉਹਦੀ ਇੰਪੋਰਟੈਂਸ ਵੱਧਦੀ ਹੈ। ਅਤੇ ਬਿਕੋਜ਼ ਮੈਨੂੰ ਇੱਦਾਂ ਦਾ ਮੌਕਾ ਮਿਲਿਆ ਅਤੇ ਮੈਂ ਇਹ ਵਾਲੇ ਪਹਿਲੂ ਨੂੰ ਆਪਣੇ ਵੱਲੋਂ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼। ਆਈ ਐਮ ਦਾ ਓਨਲੀ ਐਕਟਰ ਜੋ ਰੀਅਲ ਕਰੈਕਟਰ ਕਰਨ ਨੂੰ ਮਿਲਦੇ ਆ, ਜਿਹਨੂੰ ਰੀਅਲ ਕਰੈਕਟਰ ਲਈ ਤੁਹਾਨੂੰ ਥੋੜ੍ਹੀ ਇੱਕ ਹੈਲਪ ਹੋ ਜਾਂਦੀ ਹੈ ਕਿ ਤੁਹਾਨੂੰ ਨੈੱਟ 'ਤੇ ਜਾਂ ਬਾਕੀ ਜਗ੍ਹਾ 'ਤੇ ਉਹਦੇ ਬਾਰੇ ਜਾਣਕਾਰੀ ਮਿਲ ਜਾਂਦੀ ਹੈ, ਬਾਕੀ ਫਿਰ ਉਹ ਤੁਹਾਡੇ 'ਤੇ ਹੁੰਦਾ ਅਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਅਪਣਾਉਂਦੇ ਹੋ ਅਤੇ ਕਿੱਦਾਂ ਕਰਦੇ ਹੋ। ਕੋਈ 28 ਵਰੇ ਪਹਿਲਾਂ ਮੁੰਬਈ ਗਏ ਆਸ਼ੀਸ਼ ਦੁੱਗਲ ਨੇ ਬਹੁਤ ਸਾਰੀਆਂ ਹਿੰਦੀ ਫਿਲਮਾਂ ਅਤੇ ਸੀਰੀਅਲਸ ਦੇ ਵਿੱਚ ਕੰਮ ਵੀ ਕੀਤਾ, ਬਹੁਤ ਨਾਮ ਅਤੇ ਸ਼ੋਹਰਤ ਵੀ ਕਮਾਈ। ਪਰ ਹੁਣ ਜਦੋਂ ਪੰਜਾਬੀ ਫਿਲਮ ਇੰਡਸਟਰੀ ਨੇ ਗਰੋ ਕਰਨਾ ਸ਼ੁਰੂ ਕੀਤਾ ਅਤੇ ਪੰਜਾਬੀ ਫਿਲਮ ਇੰਡਸਟਰੀ ਨੇ ਚੰਗੇ ਕਲਾਕਾਰਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕੀਤਾ, ਜਿਸ ਦੇ ਚੱਲਦੇ ਆਸ਼ੀਸ਼ ਦੁੱਗਲ ਪੰਜਾਬੀ ਫਿਲਮਾਂ ਦਾ ਹਿੱਸਾ ਬਣੇ ਅਤੇ ਜਲਦੀ ਹੀ ਇੱਕ ਉੱਘੇ ਪੰਜਾਬੀ ਕਲਾਕਾਰ ਵਜੋਂ ਸਥਾਪਿਤ ਹੋ ਗਏ। ਆਸ਼ੀਸ਼ ਦੁੱਗਲ ਦੀ ਪਹਿਲੀ ਪੰਜਾਬੀ ਫਿਲਮ ਨਾਬਰ ਸੀ, ਜਿਸ ਨੂੰ ਨੈਸ਼ਨਲ ਅਵਾਰਡ ਦੇ ਨਾਲ ਨਵਾਜਿਆ ਗਿਆ। ਬਸ ਇਸੇ ਤਰ੍ਹਾਂ ਹੀ ਉਹਨਾਂ ਦੇ ਫਿਲਮੀ ਸਫ਼ਰ ਦਾ ਸਿਲਸਿਲਾ ਵੀ ਚੱਲ ਪਿਆ, ਜਿਹੜਾ ਅੱਜ ਵੀ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਹੀ ਹੈ। ਉਹਨਾਂ ਨੇ ਨਾਬਰ, ਹਾਨੀ, 47-84, ਸਾਵੀ ਫਿਲਮਾਂ ਵਰਗੀਆਂ ਕਈ ਫਿਲਮਾਂ ਕੀਤੀਆਂ ਹਨ ਅਤੇ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਦਾ ਗ੍ਰੇਟ ਸਰਦਾਰ ਅਤੇ ਪੰਜਾਬ ਸਿੰਘ ਪ੍ਰਮੁੱਖ ਹਨ। ਆਸ਼ੀਸ਼ ਦੁੱਗਲ ਨੇ ਦੱਸਿਆ ਕਿ ਪੰਜਾਬੀ ਫਿਲਮ ਬੜੀ ਤੇਜ਼ੀ ਦੇ ਨਾਲ ਤਰੱਕੀ ਕਰ ਰਹੀ ਹੈ, ਨਵੇਂ ਪੜ੍ਹੇ ਲਿਖੇ ਟੈਲੈਂਟਡ ਲੋਕਾਂ ਦਾ ਇਸ ਦੇ ਨਾਲ ਜੁੜਨਾ ਹੀ ਇਸ ਦੀ ਬੁਲੰਦੀ ਵੱਲ ਜਾਣ ਦਾ ਮੁੱਖ ਕਾਰਨ ਹੈ। ਆਸ਼ੀਸ਼ ਦੁੱਗਲ ਨੇ ਆਪਣੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਦੌਰ ਦੇ ਵਿੱਚ ਉਹ ਮੁੰਬਈ ਗਏ ਸਨ, ਉਸ ਵੇਲੇ ਪੰਜਾਬੀ ਫਿਲਮ ਇੰਡਸਟਰੀ ਦੀ ਹਾਲਤ ਬਹੁਤ ਵਧੀਆ ਨਹੀਂ ਸੀ ਅਤੇ ਨਾ ਹੀ ਹਿੰਦੀ ਫਿਲਮ ਇੰਡਸਟਰੀ ਦਾ ਕੰਮ ਕਰਨ ਦਾ ਢੰਗ ਬਹੁਤ ਵਧੀਆ ਸੀ। ਅੱਜ ਕੱਲ੍ਹ ਫਿਲਮ ਸ਼ੁਰੂ ਹੁੰਦੀ ਹੈ, ਇੱਕ ਟਾਈਮ ਪੀਰੀਅਡ ਹੁੰਦਾ ਉਹਦੇ ਅੰਦਰ ਖਤਮ ਹੋ ਜਾਂਦੀ ਹੈ, ਅਤੇ ਜਦੋਂ ਮੈਂ ਗਿਆ ਸੀ ਇੰਡਸਟਰੀ 'ਚ ਪਹੁੰਚਿਆ ਸੀਗਾ, ਮੈਂ 87 'ਚ ਬੋਂਬੇ ਗਿਆ ਸੀ, ਉਦੋਂ ਇਹ ਹੁੰਦਾ ਕਿ ਫਿਲਮ ਅੱਜ ਸ਼ੁਰੂ ਹੋਈ, ਉਹ 10 ਦਿਨ ਸ਼ੂਟਿੰਗ ਕੀਤੀ, 6 ਮਹੀਨੇ ਦਾ ਗੈਪ, ਫਿਰ 10 ਦਿਨ ਦੀ ਸ਼ੂਟਿੰਗ ਕੀਤੀ, ਫਿਰ 6 ਮਹੀਨੇ ਦਾ, 3-4 ਸਾਲ ਲੱਗ ਜਾਂਦੇ ਸੀ ਫਿਲਮ ਬਣਾਉਣ ਲਈ, ਬੜੀਆਂ ਲਟਕੀਆਂ, ਕਈ ਅੱਧੀਆਂ ਬੰਦ ਹੋ ਜਾਂਦੀਆਂ ਸੀ। ਪੰਜਾਬੀ ਸਿਨੇਮਾ ਇੱਕ ਅੱਛੇ ਦੌਰ 'ਚ ਜਾ ਰਿਹਾ। ਹੁਣ ਕੀ ਹੈ ਕਿ ਜਿਹੜੇ ਪ੍ਰੋਡਿਊਸਰ ਹੈ ਉਹ ਵੀ ਐਜੂਕੇਟਡ ਹੈਗੇ ਨੇ, ਐਕਟਰ ਵੀ ਐਜੂਕੇਟਡ ਹੈਗੇ ਨੇ, ਡਾਇਰੈਕਟਰ ਵੀ ਐਜੂਕੇਟਡ ਹੈਗੇ ਨੇ, ਬਾਕੀ ਨੈੱਟ ਤੁਹਾਡੇ ਕੋਲ ਹੈਗਾ, ਅਤੇ ਹੁਣ ਕ੍ਰੀਏਟਿਵਿਟੀ ਵੱਧ ਗਈ ਹੈ, ਹੁਣ ਉਹ ਫਰਕ ਨਹੀਂ ਰਿਹਾ। ਜਿਵੇਂ ਸਾਊਥ ਦਾ ਸਿਨੇਮਾ ਬਹੁਤ ਗਰੋ ਕਰ ਚੁੱਕਿਆ, ਮੈਂ ਅਕਸਰ ਕਹਿੰਦਾ ਕਿ ਪੰਜਾਬ ਦਾ ਵੀ ਬਰਾਬਰ ਜਾ ਕੇ ਉੱਥੇ ਖੜ੍ਹਾ ਹੋਊਗਾ। ਔਰ ਸੈਕਿੰਡਲੀ, ਸਾਡੀ ਜੋ ਲੈਂਗੁਏਜ ਹੈਗੀ ਪੰਜਾਬੀ, ਇੱਕੋ ਇੱਦਾਂ ਦੀ ਲੈਂਗੁਏਜ ਹੈ ਜੋ ਇੰਟਰਨੈਸ਼ਨਲ ਲੈਵਲ 'ਤੇ ਕਿਤੇ ਵੀ ਬੋਲੀ ਜਾਂਦੀ, ਕਿਤੇ ਵੀ ਮਿਲ ਜਾਂਦੀ ਹੈ, ਉਹ ਇਸ ਕਰਕੇ ਪਾਪੂਲਰ ਹੈ ਸਾਡੀ, ਇਸੇ ਕਰਕੇ ਸਾਡੀਆਂ ਫਿਲਮਾਂ ਕਾਮਯਾਬ ਵੀ ਨੇ, ਕਿਉਂਕਿ ਸਾਡੀ ਬਾਹਰ ਬਹੁਤ ਵੱਡੀ ਮਾਰਕੀਟ ਹੈ। ਪੰਜਾਬ 'ਚ ਹੁਣ ਅੱਛਾ ਵਧੀਆ ਟੈਲੈਂਟ ਆ ਗਿਆ, ਬੇਸਿਕਲੀ ਬੰਦੇ ਨੇ ਕੰਮ ਕਰਨਾ ਹੁੰਦਾ, ਬਿਜ਼ੀ ਰਹਿਣਾ ਹੁੰਦਾ, ਆਪਣੇ ਆਪ ਨੇਮ ਔਰ ਫੇਮ ਚਾਹੀਦੀ ਹੈ, ਉਹ ਪੰਜਾਬ 'ਚ ਮਿਲ ਰਹੀ ਹੈ ਅਤੇ ਲੋਕ ਪੰਜਾਬ ਵੱਲ ਨੂੰ ਆ ਰਹੇ ਹਨ। ਬੇ ਆਏ ਨੇ ਤੁਹਾਡੇ ਘਰੇ
ਤਾਂਡਵ ਕਰਨ ਕਿੱਥੇ ਹੈ ਤੇਰਾ ਸੂਰਮਾ? ਬੁਲਾਓ ਨੂੰ ਸਰਦਾਰ ਜੀ। ਕੁੱਤੇ ਬਿੱਲੇ ਸ਼ੇਰਾਂ ਦਾ ਸ਼ਿਕਾਰ ਨਹੀਂ ਕਰਦੇ। ਪੰਜਾਬੀ ਫਿਲਮ ਇੰਡਸਟਰੀ ਵੀ ਹੁਣ ਇਹਨਾਂ ਪਾਚੀਨਾਂ ਤੇ ਚੱਲਦੇ ਹੋਏ ਹੀ ਤਰੱਕੀ ਕਰ ਰਹੀ ਹੈ। ਪੰਜਾਬੀ ਫਿਲਮਾਂ ਦੀ ਮਾਰਕੀਟ ਪੂਰੀ ਦੁਨੀਆ ਵਿੱਚ ਹੈ, ਕਿਉਂਕਿ ਪੰਜਾਬੀ ਪੂਰੀ ਦੁਨੀਆ ਵਿੱਚ ਹਰ ਜਗ੍ਹਾ ਵਸੇ ਹੋਏ ਹਨ, ਜੋ ਚੰਗੀਆਂ ਫਿਲਮਾਂ ਨੂੰ ਬਹੁਤ ਹੀ ਮਾਣ ਤੇ ਸਤਿਕਾਰ ਬਖਸ਼ਦੇ ਹਨ।